ਦੋਸਤੋ, ਪੰਜਾਬ ਸਰਕਾਰ ਵੱਲੋਂ ਹਰ ਉਹ ਉਪਰਾਲਾ ਕੀਤਾ ਜਾ ਰਿਹਾ ਜਿਹਦੇ ਨਾਲ ਇਹ ਨਾਮੁਰਾਦ ਜਿਹੜਾ ਵਾਇਰਸ ਹੈ ਉਹ ਤੋਂ ਬਚਿਆ ਜਾ ਸਕੇ, ਉਹ ਆਪਣੇ ਪੈਰ ਨਾ ਪਸਾਰ ਸਕੇ। ਅੰਮ੍ਰਿਤਸਰ ਦੇ ਵਿੱਚ ਇੱਕ ਨਵੀਂ ਪਹਿਲ ਜਿਹੜੀ ਹੈ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਹੈ। ਦਮਕਲ ਵਿਭਾਗ ਦੀ ਜਿਹੜੀ ਹੈ, ਤੁਸੀਂ ਗੱਡੀਆਂ ਦੇਖ ਰਹੇ ਜੇ, ਇਹਨਾਂ ਦੇ ਵਿੱਚ ਪਾਣੀ ਨਹੀਂ, ਇਹਨਾਂ ਵਿੱਚ ਹਰ ਇਲਾਕੇ ਨੂੰ ਸੈਂਟਰਲਾਈਜ਼ ਕਰਨ ਵਾਸਤੇ ਤਕਰੀਬਨ ਅਸੀਂ ਕਹਿ ਸਕਦੇ ਹਾਂ ਕਿ 1, 2, 3, 4, 10, 15 ਗੱਡੀਆਂ ਜਿਹੜੀਆਂ ਨੇ, ਜਿਹੜੀਆਂ ਕਿ ਸਿਰਫ ਤੇ ਸਿਰਫ ਅੱਗ ਬੁਝਾਉਣ ਦੇ ਕੰਮ ਆਉਂਦੀਆਂ ਸੀ, ਹੁਣ ਇਲਾਕਿਆਂ ਨੂੰ ਸੈਂਟਰਲਾਈਜ਼ ਕੀਤਾ ਜਾਏਗਾ ਇਹਨਾਂ ਗੱਡੀਆਂ ਦੇ ਨਾਲ ਨਾਲ। ਤੇ ਜਿਹੜੇ ਅਧਿਕਾਰੀ ਨੇ ਉਹ ਇਹਦੇ ਵਿੱਚ ਹਰ ਗੱਡੀ ਦੇ ਵਿੱਚ 3, 3, 4, 4 ਅਧਿਕਾਰੀ ਜਿਹੜੇ ਨੇ ਉਹ ਮੌਜੂਦ ਰਹਿਣਗੇ। ਜ਼ਿਆਦਾ ਜਾਣਕਾਰੀ ਅਧਿਕਾਰੀਆਂ ਕੋਲੋਂ ਵੀ ਅਸੀਂ ਲਵਾਂਗੇ ਕਿ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਜਾਇਆ ਜਾਏਗਾ, ਪਰ ਫਿਰ ਵੀ ਜਿਸ ਹਿਸਾਬ ਨਾਲ ਤੁਹਾਨੂੰ ਗੱਡੀਆਂ ਦਿਖਾ ਰਹੇ ਹਾਂ, ਇਹ ਹਰ ਇਲਾਕੇ ਦੇ ਵਿੱਚ ਜਿਹੜਾ ਇਹ ਗੱਡੀਆਂ ਜਾਣਗੀਆਂ, ਹਰ ਇਲਾਕੇ ਨੂੰ ਸੈਂਟਰਲਾਈਜ਼ ਕੀਤਾ ਜਾਏਗਾ। ਇਹ ਨਾਮੁਰਾਦ ਬਿਮਾਰੀ ਜਿਹੜੀ ਆ ਉਹ ਤੋਂ ਛੁਟਕਾਰਾ ਪਾਉਣ ਵਾਸਤੇ ਹਰ ਉਪਰਾਲਾ ਜਿਹੜਾ ਉਹ ਕੀਤਾ ਜਾ ਰਿਹਾ ਸਰਕਾਰਾਂ ਵੱਲੋਂ। ਤਸਵੀਰਾਂ ਦਿਖਾ ਰਹੇ ਹਾਂ ਅੰਮ੍ਰਿਤਸਰ ਦੀਆਂ। ਅੰਮ੍ਰਿਤਸਰ ਦੇ ਵਿੱਚ ਸਰਕਾਰਾਂ ਵੱਲੋਂ ਹਰ ਉਪਰਾਲਾ ਕੀਤਾ ਜਾ ਰਿਹਾ ਹੈ ਕਰੋਨਾ ਵਰਗੀ ਬਿਮਾਰੀ ਪੈਰ ਨਾ ਪਸਾਰ ਸਕੇ। ਇਸ ਵਜ੍ਹਾ ਕਾਰਨ ਸੋ ਅਧਿਕਾਰੀ ਜਿਹੜੇ ਨੇ ਤਿਆਰੀਆਂ 'ਚ ਲੱਗੇ ਨੇ। ਬਸ ਕੁਝ ਹੀ ਪਲਾਂ ਦੇ ਵਿੱਚ ਇਹ ਸਾਰੀਆਂ ਗੱਡੀਆਂ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਨਿਕਲ ਜਾਣਗੀਆਂ। ਸੋ ਤਿਆਰੀਆਂ ਜਿਹੜੀਆਂ ਕੱਸੀਆਂ ਜਾ ਰਹੀਆਂ ਨੇ ਖੁਦ ਨੂੰ ਬਿਲਕੁਲ ਸੇਫ ਕਰਕੇ, ਜਿਹੜੇ ਅਧਿਕਾਰੀ ਨੇ ਉਹਨਾਂ ਦੀ ਵੀ ਸੇਫਟੀ ਜ਼ਿਆਦਾ ਜ਼ਰੂਰੀ ਹੈ, ਉਹਨਾਂ ਨੂੰ ਖੁਦ ਨੂੰ ਸੇਫ ਕਰਕੇ ਤੇ ਗੱਡੀਆਂ ਦੇ ਵਿੱਚ ਨਿਕਲ ਪਏ ਨੇ ਹਰ ਇਲਾਕੇ ਨੂੰ ਸੈਂਟਰਲਾਈਜ਼ ਕਰਨ ਵਾਸਤੇ। 10 ਤੋਂ ਉੱਪਰ ਜਿਹੜੀਆਂ ਗੱਡੀਆਂ ਨੇ ਇੱਥੇ ਖੜੀਆਂ ਨੇ, ਜਿਹੜੀਆਂ ਗੱਡੀਆਂ ਹਰ ਇਲਾਕੇ ਦੇ ਵਿੱਚ ਨਿਕਲਣਗੀਆਂ ਤੇ ਉਸ ਤੋਂ ਬਾਅਦ 2-2, 3-3 ਘੰਟੇ ਹਰ ਇਲਾਕੇ ਦੇ ਵਿੱਚ ਇਹਨਾਂ ਗੱਡੀਆਂ ਵੱਲੋਂ ਲਗਾਏ ਜਾਣਗੇ। ਹਰ ਗਲੀ, ਹਰ ਨੁੱਕਰ, ਹਰ ਕੋਨੇ ਨੂੰ ਸੈਂਟਰਲਾਈਜ਼ ਕੀਤਾ ਜਾਏਗਾ। ਸੋ ਚੰਗੇ ਉਪਰਾਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਜਿਸ ਜਗ੍ਹਾ ਦੇ ਉੱਤੋਂ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਜਾਏਗੀ, ਇਹ ਸ਼ੁਰੂਆਤ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਦੇ ਕੁਝ ਏਰੀਏ ਦੀਆਂ। ਦੇਖ ਸਕਦੇ ਜੇ ਕਿ ਹਰ ਗੱਡੀ ਨੂੰ ਪੂਰਾ ਫੁੱਲ ਕਰਕੇ ਤੇ ਇਹ ਸਾਰੀਆਂ ਗੱਡੀਆਂ ਜਿਹੜੀਆਂ ਨੇ ਵੱਖ ਵੱਖ ਇਲਾਕਿਆਂ ਦੇ ਵਿੱਚ ਤੋਰ ਦਿੱਤੀ ਜਾਣਗੀਆਂ, ਹਰ ਇਲਾਕੇ ਨੂੰ ਸੈਂਟਰਲਾਈਜ਼ ਕੀਤਾ ਜਾਏਗਾ। ਸੋ ਉਪਰਾਲੇ ਜਿਹੜੇ ਨੇ ਵੱਖ ਵੱਖ ਕੀਤੇ ਜਾ ਰਹੇ ਨੇ ਸਰਕਾਰਾਂ ਵੱਲੋਂ, ਸੋ ਕਰਨੇ ਵੀ ਚਾਹੀਦੇ ਨੇ। ਜੇਕਰ ਇਸ ਤਰ੍ਹਾਂ ਦੀ ਬਿਮਾਰੀ ਥੋੜ੍ਹੀ ਜਿੰਨੀ ਵੀ ਪੈਰ ਪਸਾਰਦੀ ਹੈ ਤਾਂ ਉਹਦੇ ਪੈਰ ਉੱਥੇ ਹੀ ਵੱਢ ਦੇਣੇ ਚਾਹੀਦੇ ਆ ਜੋ ਸਰਕਾਰਾਂ ਵੱਲੋਂ ਵੱਢੇ ਜਾ ਰਹੇ ਨੇ। ਇਹ ਗੱਡੀਆਂ ਜਿਹੜੀਆਂ ਨੇ ਉਹ ਕੈਮੀਕਲ ਇਹਦੇ ਵਿੱਚ ਭਰਿਆ ਜਾ ਰਿਹਾ ਜਿਹਦੇ ਨਾਲ ਪੂਰਾ ਅੰਮ੍ਰਿਤਸਰ ਅਸੀਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਰੋਜ਼ ਹੀ ਸੈਂਟਰਲਾਈਜ਼ ਕੀਤਾ ਜਾਏਗਾ। ਇਹ ਤਸਵੀਰਾਂ ਅੰਮ੍ਰਿਤਸਰ ਦੇ ਇਲਾਕੇ ਦੀਆਂ ਤੁਹਾਨੂੰ ਦਿਖਾ ਰਹੇ ਹਾਂ। ਅੰਮ੍ਰਿਤਸਰ ਦੇ ਵਿੱਚ
ਗੱਡੀਆਂ ਕਰੀਬ 10 ਤੋਂ ਉੱਪਰ ਕਿਹਾ ਜਾ ਰਿਹਾ ਕਿ 10 ਤੋਂ ਉੱਪਰ ਜਿਹੜੀਆਂ ਗੱਡੀਆਂ ਨੇ ਉਹ ਤੋੜ ਦਿੱਤੀਆਂ ਗਈਆਂ ਨੇ। ਸੀਰੀਅਲ ਵਾਈਜ਼ ਗੱਡੀਆਂ ਭਰੀਆਂ ਜਾ ਰਹੀਆਂ ਨੇ ਅਤੇ ਭਰਨ ਤੋਂ ਬਾਅਦ ਇਹ ਹਰ ਇਲਾਕੇ ਦੇ ਵਿੱਚ, ਛੋਟਾ ਇਲਾਕਾ ਕੀ ਵੱਡਾ ਇਲਾਕਾ ਕੀ, ਕੋਈ ਵੀ ਇਲਾਕਾ ਨਹੀਂ ਛੱਡਿਆ ਜਾਏਗਾ, ਹਰ ਇਲਾਕੇ ਦੇ ਵਿੱਚ ਸੈਂਟਰਲਾਈਜ਼ ਕੀਤਾ ਜਾਏਗਾ। ਅਤੇ ਜਿਹੜੇ ਅਧਿਕਾਰੀ ਨੇ, ਦੋ ਦੋ ਤਿੰਨ ਤਿੰਨ ਅਧਿਕਾਰੀ ਜਿਹੜੇ ਨੇ ਗੱਡੀਆਂ ਦੇ ਨਾਲ ਤੋੜ ਦਿੱਤੇ ਜਾਣਗੇ, ਜਿਹੜੇ ਕਿ ਆਪਣੇ ਆਪ ਨੂੰ ਸੇਫ ਕਰਕੇ ਅਤੇ ਫਿਰ ਨਾਲ ਜਾਣਗੇ। ਇਹ ਸੀਆਂ ਨੂੰ ਅਸੀਂ ਕਹਿ ਦਈਏ ਕਿ ਸਰਕਾਰਾਂ ਵੱਲੋਂ ਹਰ ਉਪਰਾਲੇ ਕੀਤੇ ਜਾ ਰਹੇ ਨੇ ਕਿ ਤੁਹਾਨੂੰ ਬਿਲਕੁਲ ਸੇਫ ਰੱਖਿਆ ਜਾਵੇ, ਤੁਹਾਨੂੰ ਕੋਈ ਵੀ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਏ, ਕਿਉਂਕਿ ਇਸ ਕਰੋਨਾ ਵਾਇਰਸ ਨੇ ਬੜੇ ਦੇਸ਼ਾਂ ਦੇ ਵਿੱਚ ਬੜੀਆਂ ਹੀ ਜਾਨਾਂ ਲੈ ਲਿੱਤੀਆਂ ਨੇ। ਇਸ ਤਰ੍ਹਾਂ ਦੀ ਨੌਬਤ ਇੱਥੋਂ ਤੱਕ ਨਾ ਪਹੁੰਚੇ, ਜਿਹਦੀ ਵਜ੍ਹਾ ਕਰਕੇ ਸਰਕਾਰਾਂ ਵੱਲੋਂ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਨੇ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਇਹ ਗੱਡੀਆਂ ਜਿਹੜੀਆਂ ਭਰੀਆਂ ਜਾ ਰਹੀਆਂ ਨੇ। ਇੱਕ ਵਧੀਆ ਉਪਰਾਲਾ ਅਸੀਂ ਕਹਿ ਸਕਦੇ ਹਾਂ ਕਿ ਸਰਕਾਰਾਂ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਜਾ ਰਿਹਾ ਅਤੇ ਕਰਨਾ ਵੀ ਚਾਹੀਦਾ। ਸੋ ਟੀਮ ਨਿਕਲਣ ਨੂੰ ਤਿਆਰ ਹੋ ਚੁੱਕੀ ਹੈ। ਅੰਮ੍ਰਿਤਸਰ ਦੇ ਡਿਪਟੀ ਮੇਅਰ, ਅੰਮ੍ਰਿਤਸਰ ਦੇ ਮੇਅਰ ਐਮ ਪੀ ਗੁਰਜੀਤ ਸਿੰਘ ਔਜਲਾ, ਹਰ ਕੋਈ ਮੌਜੂਦ ਹੈ। ਸੋ ਜਾਣਕਾਰੀ ਅਸੀਂ ਕੋਸ਼ਿਸ਼ ਕਰਾਂਗੇ ਕਿ ਲੈ ਸਕੀਏ। ਸੋ ਹਦਾਇਤਾਂ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਜਾ ਰਹੀਆਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਰਮਚਾਰੀ ਨੇ ਉਹ ਕਿੱਧਰ ਕਿੱਧਰ ਜਾਣਗੇ, ਕਿਸ ਤਰੀਕੇ ਦੇ ਨਾਲ ਜਾਣਗੇ ਅਤੇ ਖੁਦ ਨੂੰ ਕਿਸ ਤਰ੍ਹਾਂ ਸੇਫ ਕਰਨਾ, ਉਹ ਵੀ ਹਦਾਇਤਾਂ ਜਿਹੜੀਆਂ ਉਹ ਦਿੱਤੀ ਜਾ ਰਹੀਆਂ ਨੇ ਅੰਮ੍ਰਿਤਸਰ ਦੇ ਮੇਅਰ ਵੱਲੋਂ, ਕਰਮਜੀਤ ਸਿੰਘ ਰਿੰਟੂ ਵੱਲੋਂ ਨੇ ਉਹ ਦਿੱਤੀ ਜਾ ਰਹੀਆਂ ਨੇ। ਬਸ ਕੁਝ ਪਲਾਂ ਦੇ ਵਿੱਚ ਇਹ ਗੱਡੀਆਂ ਜਿਹੜੀਆਂ ਨੇ ਇੱਥੋਂ ਰਵਾਨਗੀ ਹੋਏਗੀ ਅਤੇ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਹਰ ਇਲਾਕੇ ਦੇ ਵਿੱਚ ਇਹ ਗੱਡੀਆਂ ਪਹੁੰਚਣਗੀਆਂ ਅਤੇ ਇਲਾਕਿਆਂ ਨੂੰ ਸੈਂਟਰਲਾਈਜ਼ ਕੀਤਾ ਜਾਏਗਾ। ਸੋ ਗੱਡੀਆਂ ਤੋੜ ਦਿੱਤੀਆਂ ਗਈਆਂ ਨੇ, ਇਹ ਅੰਮ੍ਰਿਤਸਰ ਦੇ ਹਰ ਇਲਾਕੇ ਦੇ ਵਿੱਚ ਗੱਡੀਆਂ ਜਿਹੜੀਆਂ ਨੇ ਉਹ ਤੋੜ ਦਿੱਤੀਆਂ ਗਈਆਂ ਨੇ। ਕਿੰਨੀਆਂ ਗੱਡੀਆਂ ਜਾਣਗੀਆਂ, ਕਿੰਨੀਆਂ ਗੱਡੀਆਂ ਗਈਆਂ ਨੇ, ਇਹ ਵੀ ਅਸੀਂ ਜ਼ਰੂਰ ਜਾਣਕਾਰੀ ਲਵਾਂਗੇ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਕੋਲੋਂ। ਰਵਾਨਗੀ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ। ਹੁਣ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਲੋਕ ਜਿਹੜੇ ਨੇ ਬਿਲਕੁਲ ਇੱਕ ਸਹੀ ਮੁਹਿੰਮ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ। ਤਸਵੀਰਾਂ ਦੇਖ ਸਕਦੇ ਜੇ ਕਿ ਇਸ ਤਰੀਕੇ ਦੇ ਨਾਲ ਹਰ ਇਲਾਕੇ ਨੂੰ ਸੈਂਟਰਲਾਈਜ਼ ਕੀਤਾ ਜਾ ਰਿਹਾ। ਇੱਕ ਵਧੀਆ ਮੁਹਿੰਮ ਅਤੇ ਇੱਕ ਚੰਗੀ ਮੁਹਿੰਮ ਜਿਹੜੀ ਆ ਉਹਦੀ ਸ਼ੁਰੂਆਤ ਜਿਹੜੀ ਉਹ ਕਰ ਦਿੱਤੀ ਗਈ ਹੈ ਅਤੇ ਅੰਮ੍ਰਿਤਸਰ ਦੇ ਇਲਾਕਿਆਂ ਦੇ ਵਿੱਚ ਸੋ ਦੇਖ ਸਕਦੇ ਹੋ ਇਸ ਤਰੀਕੇ ਨਾਲ ਹਰ ਸੜਕ, ਹਰ ਗਲੀ, ਹਰ
ਚੁਰਾਏ ਹਰ ਨੁੱਕਰ ਨੂੰ ਜਿਹੜਾ ਸੈਂਟਰਾਈਜ਼ ਕੀਤਾ ਜਾਏਗਾ ਅਤੇ ਕੀਤਾ ਜਾ ਵੀ ਰਿਹਾ ਹੈ। ਗੱਡੀਆਂ ਜਿਹੜੀਆਂ ਤੁਹਾਨੂੰ ਦੱਸ ਦਈਏ ਕਿ ਗੱਡੀਆਂ 10 ਦੇ ਕਰੀਬ ਗੱਡੀਆਂ ਜਿਹੜੀਆਂ ਨੇ ਨਿਕਲ ਚੁੱਕੀਆਂ ਨੇ ਅਤੇ ਹੁਣ ਸਿਰਫ ਇਹੋ ਹੀ ਕੰਮ ਹੋਏਗਾ ਕਿ ਅੰਮ੍ਰਿਤਸਰ ਨੂੰ ਸੈਂਟਰਾਈਜ਼ ਕੀਤਾ ਜਾਵੇ। ਅਧਿਕਾਰੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਕੇ ਦੇਖੇ। ਸਰ, ਮੇਰੇ ਸਾਹਿਬ ਕੀ ਕਹਿਣਾ ਚਾਹੁੰਦੇ ਜੇ ਇੱਕ ਵਧੀਆ ਮੁਹਿੰਮ ਦੀ ਜਿਹੜੀ ਸ਼ੁਰੂਆਤ ਕੀਤੀ ਗਈ? ਦੇਖੋ, ਅੱਜ ਸਾਡਾ ਸਾਰਾ ਜਿਹੜਾ ਹੈਲਥ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਅਤੇ ਫਾਇਰ ਸੇਫਟੀ ਜਿਹੜਾ ਸਾਡਾ ਡਿਪਾਰਟਮੈਂਟ ਹੈ, ਅੱਜ ਸਾਰਿਆਂ ਨੇ ਇੱਕ ਜੁਆਇੰਟ ਮੁਹਿੰਮ ਜਿਹੜੀ ਆ ਉਹ ਸ਼ੁਰੂ ਕੀਤੀ ਆ ਔਰ ਸਾਰੇ ਸ਼ਹਿਰ ਨੂੰ ਅੱਜ ਅਸੀਂ ਸੈਨੇਟਾਈਜ਼ ਕਰਨ ਜਾ ਰਹੇ ਹਾਂ। ਜਿਹੜੀਆਂ ਜਿਹੜੀਆਂ ਗੱਡੀਆਂ ਦੇ ਵਿੱਚ ਅਸੀਂ ਮੈਡੀਸਨ ਫਿਲ ਕਰ ਦਿੱਤੀ ਉਹਨਾਂ ਨੂੰ ਤੋਰ ਦਿੱਤਾ ਗਿਆ ਔਰ ਸਾਡੇ ਕੋਲ ਅੱਜ ਜਿਹੜੀਆਂ ਸਾਡੇ ਆਪਣੇ 10 ਫਾਇਰ ਟੈਂਡਰ ਨੇ ਜਿਨ੍ਹਾਂ 'ਚ 2 ਛੋਟੇ ਅੰਦਰੂਨ ਸ਼ਹਿਰ ਵਾਸਤੇ ਗਲੀਆਂ 'ਚ ਜਾਣਗੇ ਔਰ 8 ਵੱਡੇ ਸ਼ਹਿਰ 'ਚ ਜਾਣਗੇ। ਇਹਨਾਂ ਨੂੰ ਰੋਸਟਰ ਬਣਾ ਦਿੱਤਾ ਗਿਆ ਔਰ ਨਾਲ ਇਹ ਵੀ ਹਦਾਇਤਾਂ ਕੀਤੀਆਂ ਕਿ ਜ਼ਰੂਰੀ ਨਹੀਂ ਕਿ ਜੋ ਰੋਸਟਰ ਬਣਾਇਆ ਇੰਨਾ ਕੰਮ ਖਤਮ ਹੋਣਾ ਚਾਹੀਦਾ। ਤੁਸੀਂ ਬਿਲਕੁਲ ਤਸੱਲੀ ਦੇ ਨਾਲ ਸਾਰੇ ਸ਼ਹਿਰ ਨੂੰ ਸੈਨੇਟਾਈਜ਼ ਕਰਨਾ, ਸਪਰੇਅ ਕਰਨੀ ਔਰ ਜੇ ਕੋਈ ਏਰੀਆ ਰਹਿ ਜਾਂਦਾ ਉਹ ਕੱਲ੍ਹ ਪਰਸੋਂ ਚੌਥ ਇਹ ਲਗਾਤਾਰ ਰਹੇਗਾ। ਇੱਥੇ ਜਿਹੜੀ ਸਾਡੀ ਸੋਡੀਅਮ ਹਾਈਪੋਕਲੋਰਾਈਟ ਜਿਹੜੀ ਅਸੀਂ ਮੈਡੀਸਨ ਯੂਜ਼ ਕਰ ਰਹੇ ਹਾਂ ਜਿਹੜੀ ਗਵਰਨਮੈਂਟ ਵੱਲੋਂ ਗਵਰਨਮੈਂਟ ਦੀਆਂ ਗਾਈਡਲਾਈਨਸ ਨਾਲ ਔਰ ਉਹਦੀ ਅਸੀਂ ਇੱਥੇ ਪ੍ਰੋਕਿਓਰਮੈਂਟ ਕਰ ਲਈ ਹੈ, ਹੋਰ ਲੋਡ ਹੋਏਗੀ ਹੋਰ ਵੀ ਮੰਗਾ ਲਾਂਗੇ। ਸ਼ਹਿਰ ਨੂੰ ਜਿੰਨੀ ਵਾਰੀ ਵੀ ਸੈਨੇਟਾਈਜ਼ ਕਰਨਾ ਪਿਆ ਅਸੀਂ ਕਰਾਂਗੇ ਔਰ ਇਸ ਤੋਂ ਇਲਾਵਾ ਬਹੁਤ ਸਾਰੇ ਇੱਦਾਂ ਦੇ ਸਾਡੇ ਕੋਈ ਦੋਸਤ ਮਿੱਤਰ ਕੋਈ ਜਿਹੜੇ ਸ਼ਹਿਰ ਦਾ ਭਲਾ ਚਾਹੁੰਦੇ ਨੇ ਉਹਨਾਂ ਨੇ ਵਲੰਟਰੀ ਵੀ ਸਾਨੂੰ ਸਪਰੇਅ ਪੰਪਸ ਭੇਜੇ ਨੇ ਜਿਹੜੇ ਟਰੈਕਟਰ ਓਪਰੇਟਡ ਨੇ ਜਿਹੜੇ ਖੇਤੀਬਾੜੀ 'ਚ ਯੂਜ਼ ਹੁੰਦੇ ਆ ਪਰ ਉਹ ਮਿਸਟ ਸਪਰੇਅ ਉਹਨਾਂ ਦੇ ਨਾਲ ਅਸੀਂ ਕਰ ਸਕਦੇ ਹਾਂ। ਇਹ ਫਿਊਮੀਕੇਸ਼ਨ ਜਿਹੜੀ ਹੋਣੀ ਆ ਉਹ ਸਾਰੇ ਪੰਪ ਅਸੀਂ ਇਕੱਠੇ ਕਰ ਲਏ, ਅੱਜ 5 ਸਾਨੂੰ ਉਹ ਵੀ ਮਿਲ ਗਏ ਨੇ। ਸੋ ਆਲ ਟੁਗੈਦਰ ਅੱਜ 15 ਜਿਹੜੇ ਸਾਡੇ ਵੱਡੇ ਪੰਪਸ ਨੇ ਫਾਇਰ ਟੈਂਡਰ ਅਤੇ ਜਿਹੜੇ ਟਰੈਕਟਰ ਓਪਰੇਟਡ ਪੰਪਸ ਨੇ ਉਹ ਅੱਜ ਸਾਰੇ ਸ਼ਹਿਰ ਦੇ ਵਿੱਚ ਕੰਮ ਕਰਨਗੇ। ਇਸ ਤੋਂ ਇਲਾਵਾ ਅਸੀਂ 42 ਜਿਹੜੇ ਸਾਡੇ ਹੈਂਡ ਪੰਪ ਨੇ ਅੰਦਰ ਗਲੀਆਂ ਦੇ ਵਿੱਚ ਉਹਨਾਂ ਨੇ ਕੰਮ ਕਰਨ ਨੂੰ ਸ਼ੁਰੂ ਕਰ ਦਿੱਤਾ ਔਰ ਇੰਨੇ ਹੀ ਹੋਰ ਪ੍ਰੋਕਿਓਰਮੈਂਟ ਕਰਨ ਵਾਸਤੇ ਡਿਪਾਰਟਮੈਂਟ ਨੂੰ ਕਹਿ ਦਿੱਤਾ ਕਿ ਇੰਨੇ ਪੰਪ ਹੋਰ ਲੈ ਲਓ। ਸੋ ਜਿੱਦਾਂ ਦਾ ਇਸ ਵੇਲੇ ਇਹ ਮਹਾਂਮਾਰੀ ਦੀ ਸਿਚੁਏਸ਼ਨ ਅੱਜ ਸਾਨੂੰ ਫੇਸ ਕਰਨੀ ਪੈ ਰਹੀ ਹੈ ਸਾਡੇ ਦੇਸ਼ ਨੂੰ, ਸਾਡੀ ਇਹ ਜੇ ਸਮੇਂ ਦੇ ਉੱਤੇ ਜਿਹੜੀਆਂ ਅਸੈਂਸ਼ੀਅਲ ਸਰਵਿਸਿਜ਼ ਨੇ ਜਾਂ ਸਾਡੇ ਡਿਪਾਰਟਮੈਂਟ ਨੇ ਜਿਹੜੇ ਅਸੈਂਸ਼ੀਅਲ ਸਰਵਿਸਿਜ਼ ਦਿੰਦੇ, ਸਾਡੀ ਜ਼ਿੰਮੇਵਾਰੀ ਬੜੀ ਵੱਧ ਜਾਂਦੀ ਹੈ। ਸੋ ਸਭ ਤੋਂ ਵੱਡਾ ਮੈਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਅਧਿਕਾਰੀਆਂ ਦਾ, ਕਰਮਚਾਰੀਆਂ ਦਾ, ਜਿਨ੍ਹਾਂ ਨੇ ਅੱਜ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਬਿਨਾਂ ਅੱਜ ਦੇਸ਼ ਦੀ ਸੇਵਾ ਦੇ ਲਈ, ਅੱਜ ਦੇਸ਼ ਦੇ ਲੋਕਾਂ ਦੀ ਸੇਵਾ ਦੇ ਲਈ, ਜਾਨ ਬਚਾਉਣ ਦੇ ਲਈ ਅੱਜ ਦਿਨ ਰਾਤ ਰਾਊਂਡ ਦਾ ਕਲੋਕ ਸਾਡੇ ਜਿਹੜੇ ਸਾਰੇ ਅਧਿਕਾਰੀ ਕਰਮਚਾਰੀ ਕੰਮ ਕਰ ਰਹੇ ਨੇ। ਅੱਜ ਸਾਨੂੰ ਮਾਣ ਆ ਕਿ ਅੱਜ ਸਾਨੂੰ ਸਾਰੇ ਹੀ ਸਾਡੇ ਜਿੰਨਾ ਵੀ ਸਾਡਾ ਸਟਾਫ ਆ ਇਸ ਨੇ ਬਹੁਤ ਵਧੀਆ ਇੱਕ ਇਸ ਸ਼ਹਿਰ ਦੇ ਵਿੱਚ ਮਿਸਾਲ ਪੈਦਾ ਕੀਤੀ ਔਰ ਸਾਰੇ ਕੰਮ ਠੀਕ ਕਰ ਰਿਹਾ। ਜਿੱਥੋਂ ਤੱਕ ਸੈਨੀਟੇਸ਼ਨ ਦੀ ਗੱਲ ਹੈ ਜਾਂ ਇੱਕ ਲੋਕਾਂ ਦੇ ਵਿੱਚ ਇੱਕ ਬੜੀ ਇਨਸਿਕਿਉਰਿਟੀ ਸੀਗੀ, ਉਹ ਕੱਲ੍ਹ ਵੀ ਐਡਮਿਨਿਸਟ੍ਰੇਸ਼ਨ ਨਾਲ ਸਾਡੀ ਮੀਟਿੰਗ ਹੋ ਗਈ ਸੀਗੀ ਔਰ ਮੀਟਿੰਗ ਕਰਕੇ ਸਾਰਾ ਇਹੀ ਬਣਾਇਆ ਗਿਆ ਸੀਗਾ ਕਿ ਲੋਕਾਂ ਨੂੰ ਜਿਹੜੀਆਂ ਉਹਨਾਂ ਦੇ ਰੋਜ਼ ਦੀਆਂ ਅਸੈਂਸ਼ੀਅਲ ਚੀਜ਼ਾਂ, ਬੁਨਿਆਦੀ ਖਾਣ ਪੀਣ ਵਾਲੀਆਂ ਚੀਜ਼ਾਂ, ਲੋੜ ਦੀਆਂ ਚੀਜ਼ਾਂ ਕਿੱਦਾਂ ਪਹੁੰਚਾਉਣੀਆਂ, ਉਹਦੇ 'ਚ ਸਾਰੀ ਰਾਤ ਲਗਾ ਕੇ ਕੱਲ੍ਹ ਡਿਪਟੀ ਕਮਿਸ਼ਨਰ ਸਾਹਿਬ ਉਹਨਾਂ ਦੀ ਸਾਰੀ ਟੀਮ ਨੇ ਪਲਾਨ ਕਰ ਲਿਆ ਸੀ ਔਰ ਰਾਤੀ 12 ਵਜੇ ਉਹ ਅਨਾਊਂਸ ਕਰ ਦਿੱਤਾ ਗਿਆ ਸੀ ਕਿ ਲੋਕਾਂ ਨੂੰ ਕਿਸ ਤਰ੍ਹਾਂ ਸਹੂਲਤਾਂ ਦੇਣੀਆਂ। ਇਸ ਤੋਂ ਇਲਾਵਾ ਇਹ ਪਹਿਲੀ ਵਾਰੀ ਅਸੀਂ ਇਹ ਸਿਚੁਏਸ਼ਨ ਫੇਸ ਕਰ ਰਹੇ ਹਾਂ। ਬੜੀਆਂ ਜਦੋਂ ਗਰਾਊਂਡ 'ਤੇ ਜਾਈਏ ਗਰਾਊਂਡ ਜ਼ੀਰੋ 'ਤੇ ਬੜੀਆਂ ਇੱਕ ਮੁਸ਼ਕਲਾਂ ਨਿਕਲ ਕੇ ਵੀ ਆਉਂਦੀਆਂ ਪਰ ਅਸੀਂ ਇਨਸ਼ੋਰ ਕਰਦੇ ਹਾਂ ਕਿ ਅਸੀਂ ਇਹ ਸਾਰੀਆਂ ਮੁਸ਼ਕਲਾਂ ਨੂੰ ਅਸੀਂ ਕੈਟਰ ਕਰਾਂਗੇ ਔਰ ਸ਼ਹਿਰ ਨਿਵਾਸੀਆਂ ਨੂੰ ਇੱਕ ਗੱਲ ਦੀ ਮੈਂ ਵਾਰ ਵਾਰ ਤਸੱਲੀ ਦਵਾਉਂਦਾ ਕਿ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਏਗੀ, ਨਾ ਖਾਣ ਪੀਣ ਵਾਲੀ ਚੀਜ਼ ਦੀ, ਨਾ ਗੈਸ ਦੀ, ਨਾ ਪੈਟਰੋਲ ਦੀ, ਕਿਸੇ ਚੀਜ਼ ਦੀ। ਜਿਹੜੀਆਂ ਵੀ ਚੀਜ਼ਾਂ ਲੋਕਾਂ ਨੂੰ ਚਾਹੀਦੀਆਂ ਨੇ ਉਹ ਲੋਕਾਂ ਦੇ ਘਰਾਂ ਦੇ ਵਿੱਚ ਮੁਹੱਈਆ ਕਰਾਉਣਾ ਉਹ ਸਾਡਾ ਐਡਮਿਨਿਸਟ੍ਰੇਸ਼ਨ ਦਾ ਫਰਜ਼ ਹੈ, ਉਹਦੇ ਉੱਤੇ ਪਲਾਨ ਬਣ ਰਹੇ ਨੇ ਔਰ ਲੋਕਾਂ ਨੂੰ ਮੈਂ ਇਹੀ ਕਹਾਂਗਾ ਕਿ
ਬਿਲਕੁਲ ਤਸੱਲੀ ਨਾਲ ਨਿਸ਼ਚਿੰਤ ਹੋ ਕੇ ਆਪਣੇ ਘਰਾਂ 'ਚ ਬੈਠਣ ਔਰ ਘਰਾਂ 'ਚੋਂ ਬਾਹਰ ਨਾ ਨਿਕਲਣ, ਕਿਉਂਕਿ ਇਹ ਸਿਚੁਏਸ਼ਨ ਸਾਨੂੰ ਸਾਡੀ ਜ਼ਿੰਦਗੀ 'ਚ ਪਹਿਲੀ ਵਾਰੀ ਸਾਰਿਆਂ ਨੂੰ ਫੇਸ ਕਰਨੀ ਪਈ ਆ, ਔਰ ਬਹੁਤ ਸਾਰੇ ਲੋਕਾਂ ਨੂੰ ਅਜੇ ਇਹਦੀ ਸੀਰੀਅਸਨੈਸ ਦਾ ਨਹੀਂ ਪਤਾ। ਸਾਡੀ ਇੱਕ ਛੋਟੀ ਜਿਹੀ ਗਲਤੀ ਵੀ ਸਾਨੂੰ ਬਹੁਤ, ਜਿੱਦਾਂ ਕਹਿ ਲਓ ਕਿ ਸਦੀਆਂ ਦੀ ਇਹ ਸਾਨੂੰ ਇੱਕ ਸਜ਼ਾ ਭੁਗਤਣੀ ਪਏਗੀ। ਸੋ ਮੇਰੀ ਸਾਰੇ ਹੀ ਸਿਟੀਜ਼ਨਸ ਨੂੰ ਅਪੀਲ ਹੈ ਕਿ ਤੁਸੀਂ ਇੱਕ ਹੀ ਕੰਮ ਕਰਨਾ ਕਿ ਤੁਸੀਂ ਜਿੰਨਾ ਵੀ ਆਪਣੇ ਆਪ ਨੂੰ ਲੋਕਡਾਊਨ ਰੱਖ ਸਕਦੇ ਜੇ ਆਪਣੇ ਘਰਾਂ 'ਚ ਬਿਲਕੁਲ ਵੀ ਬਾਹਰ ਐਕਸਪੋਜ਼ਰ ਨਾ ਦਿਓ ਨਾ ਲਿਓ, ਔਰ ਖਾਸ ਕਰਕੇ ਜਿਹੜੇ ਸਾਡੇ ਬਜ਼ੁਰਗ ਨੇ ਸੀਨੀਅਰ ਸਿਟੀਜ਼ਨਸ ਨੇ ਉਹ ਆਪਣਾ ਖਿਆਲ ਰੱਖਣ, ਔਰ ਜਿਹੜੇ ਸਾਡੇ ਬਾਕੀ ਜਿਹੜੇ ਪਰਿਵਾਰ ਨੇ ਉਹ ਵੀ ਬਜ਼ੁਰਗਾਂ ਦਾ ਖਾਸ ਤੌਰ 'ਤੇ ਧਿਆਨ। ਮੁਹਿੰਮ ਸਰ, ਜੇ ਇੱਕ ਵਾਰੀ ਜਿਹੜੀ ਇਲਾਕੇ ਨੂੰ ਕਰ ਦਾਂਗੇ ਸੈਨੀਟਾਈਜ਼ਰ, ਉਸ ਤੋਂ ਬਾਅਦ ਦੂਸਰੀ ਵਾਰੀ ਕਿੰਨੇ ਟਾਈਮ ਤੋਂ ਬਾਅਦ ਜਾਵਾਂਗੇ? ਦੇਖੋ, ਇਹ ਜਿਹੜਾ ਇਹਨਾਂ ਦਾ ਮੈਡੀਕਲ ਪ੍ਰੋਫੈਸ਼ਨਲ ਸਾਡੇ ਕੋਲ ਹੈਗੇ ਨੇ, ਸਾਡੇ ਕੋਲ ਸਾਡੇ 2 MOH ਨੇ ਜਿਨ੍ਹਾਂ ਨੂੰ ਅਸੀਂ ਸਾਰਾ ਮੈਡੀਕਲ ਹੈਲਥ ਅਫਸਰਸ ਨੂੰ, ਸਾਰੇ ਸ਼ਹਿਰ ਨੂੰ ਅਸੀਂ ਮੈਡੀਕਲ 2 ਮੈਡੀਕਲ ਹੈਲਥ ਅਫਸਰਸ ਨੂੰ ਵੰਡ ਕੇ ਦਿੱਤਾ। ਉਹਨਾਂ ਦੇ ਥੱਲੇ ਸਾਡੇ ਕੋਲ 10 ਚੀਫ ਸੈਨੀਟਰੀ ਇੰਸਪੈਕਟਰ ਨੇ, ਔਰ ਲਗਭਗ 40 ਬੰਦਿਆਂ ਦਾ ਸੈਨੀਟੇਸ਼ਨ ਦਾ ਆਫਿਸਰਸ ਦਾ, ਸੈਨੀਟਰੀ ਇੰਸਪੈਕਟਰਸ ਦਾ ਟੋਟਲ ਆਲ ਟੂਗੈਦਰ ਡਿਪਾਰਟਮੈਂਟ ਜਿਹੜਾ ਕੰਮ ਕਰ ਰਿਹਾ। ਇਹ ਉਹ ਸਾਨੂੰ ਜੋ ਲੋੜ ਮਹਿਸੂਸ ਕਰਨਗੇ ਕਿ ਕਦੋਂ ਕਦੋਂ ਇਹ ਸਪਰੇਅ ਕਰਨੀ ਚਾਹੀਦੀ ਹੈ, ਉਦੋਂ ਉਦੋਂ ਕਰ ਦਿੱਤੀ ਜਾਏਗੀ। ਬਿਲਕੁਲ, ਧੰਨਵਾਦ ਜੀ ਮੇਅਰ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ, ਅਤੇ ਸਾਡੇ ਨਾਲ ਗੱਲਬਾਤ ਜ਼ਿਆਦਾ ਕਰਨ ਵਾਸਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਕੀ ਉਪਰਾਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ, ਕਿਉਂਕਿ ਸੰਕਟ ਜਿਹੜਾ ਹੈ ਬਹੁਤ ਵੱਡਾ ਆ ਸਕਦਾ ਹੈ, ਪਰ ਸਰਕਾਰਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ? ਸਰ, ਸੰਕਟ ਨੂੰ ਧਿਆਨ 'ਚ ਰੱਖਦੇ ਹੋਏ ਅੱਜ ਅਸੀਂ ਲੋਕ ਬਾਹਰ ਲੋਕਾਂ ਦੇ ਵਿੱਚ, ਲੋਕ ਚਾਹੇ ਘਰਾਂ 'ਚ ਨੇ, ਅਸੀਂ ਲੋਕ ਉਹਨਾਂ ਦੀ ਸਾਰੀ ਦੇਖ ਰਹੇ ਹਾਂ ਵੀ ਕਿਵੇਂ ਉਹਨਾਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ। ਸੋ ਕਾਰਪੋਰੇਸ਼ਨ ਨੂੰ, ਮੇਅਰ ਸਾਹਿਬ ਨੂੰ ਉਪਰਾਲਾ ਕੀਤਾ ਗਿਆ ਕਿ ਫਾਇਰ ਬ੍ਰਿਗੇਡ ਨੂੰ ਸੋਡੀਅਮ ਕਲੋਰਾਈਡ ਦੀ ਜਿਹੜੀ ਸਪਰੇਅ ਹੈ ਉਹ ਕੀਤੀ ਜਾਏਗੀ। ਇਹਦੇ ਨਾਲ ਜਿਹੜਾ ਹਵਾ ਦੇ ਵਿੱਚ ਵੀ ਕੋਈ ਹੋਏਗਾ ਕੀਟਾਣੂ ਜਾਂ ਕੋਈ ਵਾਇਰਸ ਹੋਏਗਾ ਤਾਂ ਕੋਈ ਕਿਸੇ ਵੀ ਤਰ੍ਹਾਂ ਦਾ ਉਹ। ਸੋ ਆਪਾਂ ਸਾਰਿਆਂ ਨੇ ਰਲ ਕੇ ਇਹਨਾਂ ਲੋਕਾਂ ਦੀ ਮਦਦ ਕਰਨੀ ਹੈ, ਨਾ ਕਿ ਪੈਨਿਕ ਹੋ ਕੇ ਇਹਨਾਂ ਨੂੰ ਕੋਈ ਮਾੜਾ ਚੰਗਾ ਕਹਿਣਾ ਹੈ। ਆਹ ਜਿਹੜੇ ਮੁਲਾਜ਼ਮ ਜਾ ਰਹੇ ਨੇ, ਜਿਨ੍ਹਾਂ ਨੇ ਹੁਣ ਜਾ ਕੇ ਸਪਰੇਆਂ ਕਰਨੀਆਂ ਨੇ, ਸਾਡਾ ਲੋਕਾਂ ਦਾ ਫਰਜ਼ ਬਣਦਾ ਹੈ, ਚਾਹੇ ਘਰ ਦੀ ਛੱਤ ਤੋਂ ਇਹਨਾਂ ਨੂੰ ਵੇਵ ਵੀ ਕਰੋ, ਇਹਨਾਂ ਨੂੰ ਇਹਨਾਂ ਦਾ ਥੈਂਕਸ ਵੀ ਕਰੋ ਕਿਸੇ ਤਰੀਕੇ ਨਾਲ। ਇਹ ਨਹੀਂ ਵੀ ਇਕੱਠੇ ਹੋ ਕੇ, ਨੋ, ਆਪਣੇ ਘਰ ਇਕੱਲੇ ਬੰਦੇ ਨੇ ਆਪਣੀ ਛੱਤ 'ਤੇ ਖਲੋ ਕੇ ਕਰ ਲਏ ਭਾਅ। ਇਹ ਨਹੀਂ ਗੱਲ ਕਿ ਬਾਹਰ ਆ ਕੇ ਜਿੱਦਾਂ ਉਹ ਥਾਲੀ ਵਾਲਾ ਉਦਨ ਕੀਤਾ ਸੀ ਜਨਤਾ ਕਰਫਿਊ ਤੋਂ ਬਾਅਦ, ਲੋਕ ਸੜਕਾਂ 'ਤੇ ਆ ਗਏ ਸੀ, ਨੋ। ਸੋ ਇਹ ਚੀਜ਼ ਮੈਂ ਇੱਕ ਹੀ ਕਹੂੰਗਾ ਕਿ ਦੇਖੋ ਹੌਲੀ ਹੌਲੀ ਸਾਰਾ ਕੁਝ ਠੀਕ ਹੋ ਜਾਣਾ। ਅੱਜ ਕਾਫੀ ਹੱਦ ਤੱਕ ਲੋਕਾਂ ਨੂੰ ਰਾਹਤ ਮਿਲੀ ਹੋਊਗੀ, DC ਸਾਹਿਬ ਵੱਲੋਂ ਜਿਹੜਾ ਇੱਕ ਗਾਈਡਲਾਈਨ ਜਾਰੀ ਕਰ ਦਿੱਤੀ ਗਈ ਹੈ। ਕਿਤੇ ਉਹ ਚੂਨਤਾਈਆਂ ਰਹਿਣੀਆਂ ਹੋਣਗੀਆਂ, ਉਹ ਵੀ ਆਪਾਂ ਦੂਰ ਕਰਨ ਦੀ ਆਉਣ ਵਾਲੇ ਦਿਨਾਂ 'ਚ ਕੋਸ਼ਿਸ਼ ਹਾਂ। ਅਸੀਂ ਪੂਰਨ ਤੌਰ 'ਤੇ ਪ੍ਰਸ਼ਾਸਨ ਨਾਲ ਮਿਲ ਕੇ ਸ਼ਹਿਰ ਵਾਸਤੇ ਕੰਮ ਕਰ ਰਹੇ ਹਾਂ, ਬਿਲਕੁਲ ਪਰੇਸ਼ਾਨੀ ਹੋਣ ਦੀ ਲੋੜ ਨਹੀਂ। ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਬਸ ਇੱਕੋ ਹੀ ਬੇਨਤੀ ਹੈ, ਕਿਸੇ ਵੇਲੇ ਕੋਈ ਥੋੜ੍ਹ ਮਾੜੀ ਮੋਟੀ ਰਹਿ ਜਾਂਦੀ ਹੈ, ਪੈਨਿਕ ਨਾ ਹੋਇਓ, ਕਿਸੇ ਦੀ ਅਫਵਾਹ 'ਚ ਨਹੀਂ ਤੁਸੀਂ ਆਖੀ ਨਹੀਂ ਲੱਗਣਾ, ਕਿਉਂਕਿ ਅੱਜ ਜ਼ਿੰਮੇਵਾਰੀ ਸਾਰੇ ਸ਼ਹਿਰ ਦੀ ਹੈ। ਕਰੀਬ ਤੁਸੀਂ ਹਿਸਾਬ ਲਾ ਲਓ ਕਿ 20-25 ਲੱਖ ਆਬਾਦੀ ਹੈ, ਉਹਨੂੰ ਸਾਰੀ ਨੂੰ ਅਸੀਂ ਟੈਕਲ ਕਰਨਾ, ਅਤੇ ਅਸੀਂ ਇਕੱਲੇ ਇਕੱਲੇ ਬੰਦੇ ਨੂੰ ਕਿਸੇ ਵੇਲੇ ਨਹੀਂ ਵੀ ਗੱਲ ਹੋ ਪਾਉਂਦੀ, ਪਰ ਅਸੀਂ ਪੂਰਨ ਤੌਰ 'ਤੇ ਸਵੇਰ ਸ਼ਾਮ ਸਾਡਾ ਪ੍ਰਸ਼ਾਸਨ, ਸਾਡੇ MLA ਸਾਹਿਬਾਨ, ਸਾਰੇ ਅਸੀਂ ਪੂਰਨ ਤੌਰ 'ਤੇ ਕੰਮ 'ਚ ਲੱਗੇ ਹਾਂ, ਫੀਲਡ 'ਚ ਬੈਠੇ। ਸਰ, ਕੁਛ ਨਾ ਮੁਸ਼ਕਲ ਇਹ ਬੜੀ ਲੋਕਾਂ ਨੂੰ ਆ ਰਹੀ ਹੈ ਕਿ ਰੋਟੀ ਦਾ ਜਿਹੜਾ ਸਿਸਟਮ ਹੈ, ਜਿਹੜੇ ਦਿਹਾੜੀਦਾਰ ਨੇ ਜਿਹੜੇ ਸਵੇਰ ਤੋਂ ਲੈ ਕੇ ਉਹਨਾਂ ਨੇ ਉਹੀ ਕਮਾਉਣਾ ਅਤੇ ਉਹੀ ਖਾਣਾ, ਕਈ ਉੱਥੋਂ ਤੱਕ ਪਹੁੰਚ ਵੀ ਨਹੀਂ, ਸਰਕਾਰ ਦੇ ਕੋਈ ਨੁਮਾਇੰਦੇ ਵੀ ਨਹੀਂ ਉੱਥੋਂ ਤੱਕ ਪਹੁੰਚਦੇ। ਦੇਖੋ ਗੱਲ ਇਹ, ਅਜੇ ਤਾਂ ਸ਼ੁਰੂਆਤ ਹੋਈ ਹੈ, ਅਜੇ ਐਡੀ ਵੱਡੀ ਕੋਈ ਚਿੰਤਾ ਦਾ ਵਿਸ਼ਾ ਨਹੀਂ ਜਿੰਨੀ ਵੱਡੀ ਚਿੰਤਾ ਵਿਖਾਈ ਜਾ ਰਹੀ ਹੈ, ਕਿਉਂਕਿ ਇਹਦਾ ਸਰਕਾਰ ਨੂੰ ਵੀ ਫਿਕਰ ਆ। CM ਸਾਹਿਬ ਤੁਹਾਨੂੰ ਪਹਿਲਾਂ ਕਹਿ ਚੁੱਕੇ ਆ, ਜਿਹੜੇ ਕਿਰਤੀ ਮਜ਼ਦੂਰ ਨੇ ਜਾਂ ਦੂਜੇ ਮਜ਼ਦੂਰ ਨੇ ਉਹਨਾਂ ਦੀ ਹੈਲਪ ਵਾਸਤੇ ਉਹਨਾਂ ਨੇ ਵੀ ਐਲਾਨ ਕੀਤੇ ਨੇ। ਸਾਡਾ ਪ੍ਰਸ਼ਾਸਨ ਇਹੀ ਕੰਮ ਅਸੀਂ ਕਰ ਰਹੇ ਹਾਂ, ਜਿਹੜੀਆਂ ਗਾਈਡਲਾਈਨ ਜਾਰੀ ਕੀਤੀਆਂ ਤੁਸੀਂ ਸਮਝੋ ਨਾ ਇਹ ਕਿਹਦੇ ਵਾਸਤੇ ਆ, ਕਿ ਉਹਨਾਂ ਚੀਜ਼ਾਂ ਵਾਸਤੇ ਆ ਜਿਹੜੀਆਂ ਉਹਨਾਂ ਲੋਕਾਂ ਤੱਕ ਪਹੁੰਚ ਸਕਣ। ਗੈਸ ਆ, ਦੁੱਧ ਆ, ਸਬਜ਼ੀਆਂ ਨੇ, ਮਜ਼ਦੂਰ ਤੱਕ, ਗਰੀਬ ਬੰਦੇ ਤੱਕ, ਸਾਡੇ ਵਰਕਰ ਸਾਹਿਬਾਨ, ਸਾਡੇ ਕੌਂਸਲਰ ਸਾਹਿਬਾਨ, MLA ਸਾਹਿਬਾਨ,
ਦੂਜੀਆਂ ਪਾਰਟੀਆਂ ਦੇ ਲੋਕ ਵੀ, ਉਹ ਸਾਰੇ ਆਪਾਂ ਆਪਣੀ ਥਾਂ 'ਤੇ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਔਰ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਭੁੱਖਿਆਂ ਨਹੀਂ ਰਹਿਣ ਦਿੰਦੇ ਕਿਸੇ ਨੂੰ। ਥੋੜ੍ਹੀ ਬਹੁਤੀ ਕਿਤੇ ਉਨੀ ਕੀ ਆਉਂਦੀ, ਮੈਂ ਗੁਆਂਢੀ ਆਂਢ ਗੁਆਂਢ ਨੂੰ ਜ਼ਰੂਰ ਮਦਦ ਕਰੂੰਗਾ ਕਿ ਸਾਹ ਸਾਰੇ ਰਲ ਕੇ ਇਹਦਾ ਮੁਕਾਬਲਾ ਕਰਨਾ, ਆਪਾਂ ਸਾਰੇ ਰਲ ਕੇ ਆਪਾਂ ਇਕੱਠੇ ਹਾਂ। ਜੇ ਕੋਈ ਮੁਸ਼ਕਲ ਹੈ ਤਾਂ ਆਪਾਂ ਸਾਰੇ ਉਹਦੀ ਮਦਦ ਆਪਣੇ ਲੈਵਲ 'ਤੇ ਉੱਥੋਂ ਕਰ ਦਿਓ, ਪਰ ਇੱਕੋ ਹੀ ਬੇਨਤੀ ਆ, ਘਰੋਂ ਬਾਹਰ ਨਹੀਂ ਆਉਣਾ। ਔਰ ਜੇ ਕੋਈ ਸਮਾਨ ਘਰ 'ਚ ਤੁਹਾਨੂੰ ਦੇਣ ਆਉਂਦਾ, ਮੈਂ ਤੁਹਾਨੂੰ ਇੱਕ ਗਾਈਡਲਾਈਨ ਇਹਦੀ ਸਮਝਾ ਦਿਆਂ ਵੀ ਜਿਹੜਾ ਸਮਾਨ ਪੈਕਡ ਆ, ਜੇ ਤੁਹਾਨੂੰ ਆ ਗਿਆ ਇੱਕੋ ਬੰਦਾ ਜਾ ਕੇ ਬਾਹਰ ਫੜਿਓ, ਕੋਸ਼ਿਸ਼ ਕਰੋ ਜਿੰਨੇ ਪੈਸੇ ਉਨੇ ਹੀ ਘਰੋਂ ਹੀ ਲੈ ਕੇ ਜਾਇਓ, ਉਹਨੂੰ ਫੜਾ ਦਿਓ। ਦੂਜੀ ਗੱਲ, ਜਦੋਂ ਸਮਾਨ ਲੈ ਕੇ ਤੁਸੀਂ ਅੰਦਰ ਆਉਣਾ, ਉਹਨੂੰ ਗਰਮ ਪਾਣੀ ਪਾ ਕੇ, ਥੋੜ੍ਹਾ ਸਿਰਫ ਪਾ ਕੇ, ਉਹਨੂੰ ਸਮਾਨ ਨੂੰ ਚੰਗੀ ਤਰ੍ਹਾਂ ਧੋ ਕੇ, ਮੁੜ ਕੇ ਸਾਫ਼ ਪਾਣੀ ਦੀਆਂ ਦੋ ਬਾਲਟੀਆਂ ਰੱਖ ਕੇ ਉੱਚੋਂ ਕੱਢ ਕੇ ਪੈਕਡ ਸਮਾਨ ਜਿਹੜਾ ਉਹਨੂੰ ਬਾਅਦ 'ਚ ਸੁਕਾ ਲਿਓ। ਕਈ ਵਾਰੀ ਇਸ ਚੀਜ਼ ਦਾ ਵੀ ਹੁੰਦਾ ਕਿਤੇ ਹੱਥ ਕੋਈ ਲੱਗਾ ਨਾ ਹੋਵੇ। ਆਪਾਂ ਨੂੰ ਪ੍ਰਕੋਸ਼ਨ ਜਿੰਨਾ ਆਪਾਂ ਪਰਿਵਾਰ ਨੂੰ ਜੋ ਬਚਾਉਣ ਵਾਸਤੇ ਪ੍ਰਕੋਸ਼ਨ ਕਰ ਸਕਦੇ, ਮੇਰੇ ਤੋਂ ਵੱਧ ਸਿਆਣੇ ਜੇ ਤੁਸੀਂ, ਪ੍ਰਕੋਸ਼ਨ ਜ਼ਰੂਰ ਲਿਓ। ਆਪਣੇ ਘਰਾਂ 'ਚ ਰਹੋ, ਜੇ ਕਿਤੇ ਭੁੱਖਾ ਇੱਕ ਅੱਧਾ ਦਿਨ ਸੌਣਾ ਵੀ ਪੈ ਜਾਂਦਾ, ਅਸੀਂ ਤੁਹਾਨੂੰ ਯਕੀਨ ਦਵਾਉਂਦੇ ਹਾਂ ਅਸੀਂ ਤੁਹਾਡੇ ਪਰੇਸ਼ਾਨੀ ਨਹੀਂ ਹੋਣ ਦਿੰਦੇ। ਥੋੜ੍ਹੀ ਬਹੁਤੀ ਇੱਕ ਦੂਜੇ ਨਾਲ ਰਾਖ ਰਲ ਕੇ ਖਾ ਲਿਓ, ਰੁੱਖੀ ਮਿੱਸੀ ਵੀ ਲੱਭੂ ਉਹ ਵੀ ਖਾ ਲਿਓ, ਕਿਉਂਕਿ ਹੁਣ ਵੇਖੋ ਇੱਕੀ ਦਿਨ ਦਾ ਬੰਦ ਆ, ਮੁਸ਼ਕਲਾਂ ਹੋਦਾ ਕਿਸੇ ਵੇਲੇ ਵਧਣ, ਪਰ ਮੈਨੂੰ ਆਸ ਹੈ ਕਿ ਸਾਡੇ ਸ਼ਹਿਰ ਦੇ ਲੋਕ ਮੇਰੀ ਹੱਥ ਜੋੜ ਕੇ ਬੇਨਤੀ ਕਿ ਸਾਡੀ ਮਦਦ ਜ਼ਰੂਰ ਕਰਨਗੇ, ਆਪਣੀ ਮਦਦ ਜ਼ਰੂਰ ਕਰਨਗੇ। ਅਸੀਂ ਵੇਖੋ ਅਸੀਂ ਦਿਨ ਰਾਤ ਤੁਹਾਡੀ ਸੇਵਾ 'ਤੇ ਲੱਗੇ, ਫਿਕਰ ਕਰਨ ਦੀ ਲੋੜ। ਸੋ ਬਹੁਤ ਬਹੁਤ ਧੰਨਵਾਦ, ਗੱਲਬਾਤ ਕੀਤੀ ਹੈ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਅਤੇ ਖਾਸ ਕਰਕੇ ਅੰਮ੍ਰਿਤਸਰ ਦੇ ਮੇਅਰ, ਜਿਨ੍ਹਾਂ ਨੇ ਖਾਸ ਤੌਰ ਦੇ ਉੱਤੇ ਜਿਹੜੀਆਂ ਗੱਡੀਆਂ ਜਿਹੜੀ ਇੱਥੇ ਸ਼ੁਰੂਆਤ ਕੀਤੀ ਗਈ ਹੈ, ਇਹ ਖਾਸ ਕਰਕੇ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਨੂੰ ਸੈਂਟਰਲਾਈਜ਼ ਕਰਨ ਵਾਸਤੇ ਇਹ ਗੱਡੀਆਂ ਸ਼ੁਰੂਆਤ ਕੀਤੀ ਗਈ ਹੈ। ਜੇ ਕੱਲ੍ਹ ਕੀਤੀ ਜਾਵੇ ਜਿਹੜੇ ਦਿਹਾੜੀਦਾਰ ਨੇ ਉਹਨਾਂ ਵਾਸਤੇ ਵੀ ਖਾਸ ਉਪਰਾਲੇ ਜਿਹੜੇ ਨੇ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਅਤੇ ਕੀਤੇ ਵੀ ਜਾਣੇ ਚਾਹੀਦੇ ਨੇ, ਕਿਉਂਕਿ ਜੇਕਰ ਕਰੋਨਾ ਵਾਇਰਸ ਨਾਲ ਲੜਨਾ ਵਾ ਅਤੇ ਰੋਟੀ ਜਿਹੜਾ ਢਿੱਡ ਵਾ ਉਹ ਭਰਨਾ ਜ਼ਰੂਰੀ ਹੈ, ਅਤੇ ਉਹਦੇ ਵਾਸਤੇ ਸਰਕਾਰਾਂ ਵੱਲੋਂ ਖਾਸ ਉਪਰਾਲੇ ਵੀ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਕੈਮਰਾਮੈਨ ਦੀਪਕ ਬਜਾਜ ਦੇ ਨਾਲ ਸੁਖਚੰਦ ਸਿੰਘ, ਅੰਮ੍ਰਿਤਸਰ।